ਉਹ ਐਵੇਂ ਨਿੱਕੀਆਂ ਮੋਟੀਆਂ ਗੱਲਾਂ ਦਾ ਗੁੱਸਾ ਨਹੀਂ ਕਰੀਦਾ ਲੰਬੜਦਾਰ ਸਾਹਿਬ। ਸਰਪੰਚ ਦੇ ਇਕੱਲੇ ਕਹਿ ਰਹੇ ਮੁੰਡੇ ਦਾ ਵਿਆਹ, ਉਹ 'ਚ ਚਾਰ ਕੁ ਦਿਨ ਗਾਉਣ ਵਜਾਉਣ ਕਰ ਵੀ ਲੈਣਗੇ, ਫਿਰ ਕਿਹੜਾ ਲੋੜ ਆਉਂਦਾ? ਨਾਲੇ ਸਪੀਕਰ ਹੀ ਚਲਾਇਆ, ਕਿਹੜਾ ਤੋਪਾਂ ਚਲਾਤੀਆਂ। ਜਾਣੀ ਕਿ ਜਾਣੇਦਾਰ ਸਾਹਿਬ, ਪਿੰਡ 'ਚ ਭਾਈਚਾਰਾ ਸਾਡੀ ਗੱਲ ਨਹੀਂ ਸੁਣਦਾ, ਇੱਥੇ ਤੁਸੀਂ ਨਹੀਂ ਸੁਣਦੇ। ਮੈਨੂੰ ਦੱਸੋ ਤਾਂ ਸਹੀ, ਮੈਂ SSP ਸਾਹਿਬ ਕੋਲ ਜਾਵਾਂ ਜਾਂ DC ਸਾਹਿਬ ਕੋਲ ਪੇਸ਼ ਹੋਵਾਂ? ਚੱਲ ਬਾਪੂ, ਹੁਣ ਅਸੀਂ ਕਿਤੇ ਪੇਸ਼ ਨਹੀਂ ਹੋਣਾ। ਹੁੰਦਿਆਂ ਮੈਨੂੰ ਸਪੀਕਰ ਬੰਦ ਕਰਨਾ। ਓ ਮਿੱਠਣ ਚੱਕਰਵਰਤੀ, ਠੰਡ ਵੇਖੋ ਜੀ, 2-4 ਦਿਨ ਦੀ ਗੱਲ ਆ, ਕੱਟ ਲਓ ਔਖੇ ਸੌਖੇ। ਨਾਲੇ ਤੁਸੀਂ ਵੀ ਤਾਂ ਆਪਣੇ ਮੁੰਡੇ ਦਾ ਵਿਆਹ ਕਰਨਾ ਹੀ ਹੈ, ਉਹ ਤੁਸੀਂ ਕੋਠੇ 'ਤੇ ਛੱਡੋ, ਤੁਸੀਂ ਭਾਵੇਂ ਗੱਲ 'ਚ ਸਪੀਕਰ ਪਾ ਕੇ ਘੁੰਮਦੇ ਫਿਰੀ ਜਾਇਓ, ਕੁਛ ਨਹੀਂ ਕਹਿੰਦੇ ਤੁਹਾਨੂੰ। ਤੁਸੀਂ ਹੱਸ ਰਹੇ ਹੋ, ਸਾਡਾ ਮਰਨ ਹੋਇਆ ਪਿਆ, ਨਾਲੇ ਅਸੀਂ ਕਿਹੜਾ ਨਹੀਂ ਜਾਣਦੇ। ਸਰਪੰਚ ਦੀ ਭਾਬੀ ਤੁਹਾਡੇ ਪਿੰਡ ਦੀ ਹੈ ਅਤੇ ਤੁਸੀਂ ਕਹਿੰਦੇ ਉਹਨੂੰ ਭੂਆ, ਅਤੇ ਭੂਆ ਦਾ ਪੱਖ ਤਾਂ ਪੂਰਨਾ ਹੀ ਹੋਇਆ ਨਾ। ਫਿਰ ਗੱਲ ਸੁਣ ਲਓ ਮੇਰੀ, ਜੇ ਕਿਤੇ ਪੁਲਿਸ ਰਿਸ਼ਤੇਦਾਰੀਆਂ ਕੱਢਣ 'ਤੇ ਆ ਗਈ ਨਾ, ਤਾਂ ਤੇਰੇ ਸਾਰੇ ਫੱਫੜ ਮਾਮੇ ਬਲੈਕਿਆਂ 'ਚ ਨਿਕਲ ਆਉਣਗੇ, ਅਤੇ ਉਹ ਵੀ ਬਾਰਡਰੋਂ ਪਾਰ। ਚੋ ਭੱਜੋ ਇੱਥੋਂ, ਕੋਈ ਰਿਪੋਰਟ ਨਹੀਂ ਹੋ ਸਕਦੀ ਲੰਬੜਦਾਰ ਸਾਹਿਬ, ਤੁਸੀਂ ਜਾ ਸਕਦੇ ਹੋ। ਠੀਕ ਹੈ ਜੀ, ਚੱਲ ਬਾਪੂ, ਆਉਂਦਿਆਂ ਮੈਨੂੰ ਕੰਮ ਲੈਣੇ। ਉਹ ਜਾ ਵਗ ਜਾਓ। ਜੇ ਹੁਣ ਤੂੰ ਬੈਠਕਾਂ ਕੱਢੀ ਨਾ ਤਾਂ ਫਿਰ ਦੇਖਦਾ ਰਹੀ, ਤੂੰ ਮਕਾਨ ਮਾਲਕ ਹੈ ਨਾ, ਫਿਰ ਕਿਉਂ ਬੈਠਕਾਂ ਕੱਢੀ ਜਾਂਦਾ? ਇਹ ਕੱਢੇ ਤੇ ਤੂੰ, ਜੇ ਤੂੰ ਇਹਨਾਂ ਦਾ ਕਿਰਾਇਆ ਟਾਈਮ ਨਾਲ ਨਾ ਦਿੱਤਾ ਨਾ ਤੇ ਮੈਂ ਤੇਰਾ ਮੂੰਹ ਕਾਲਾ ਕਰਵਾ ਦੇਣਾ ਮਹਿਲਾ ਮੰਡਲ 'ਚ ਕਹਿ ਕੇ। ਜੇਕਰ ਕੋਈ ਪੁਲਿਸ ਦੇ ਕੰਮਾਂ 'ਚ ਦਖਲ ਦੇਵੇ, ਉਹਦੇ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ, ਚਾਹੇ ਉਹ ਕੋਈ ਵੀ ਹੋਵੇ। ਨਹੀਂ ਦੀਪੀ, ਪੁੱਤ ਤੂੰ ਚੁੱਪ ਨਹੀਂ ਕਰਦੀ, ਤੈਂ ਦੱਸ ਕੀ ਲੈਣਾ। ਵੇ ਤੂੰ, ਤੈਨੂੰ ਮੈਂ ਕਿਹਾ ਸੀ ਨਾ ਅਗਲੇ ਮਹੀਨੇ ਮੇਰਾ ਯੂਥ ਫੈਸਟੀਵਲ ਹੈ, ਤੁਹਾਡੇ ਸਪਿੱਟ ਸਿਆਪੇ ਕਰਕੇ ਮੇਰੇ ਹਸਲ ਨਹੀਂ ਕਰ ਪਾਉਂਦੀ। ਕਿੱਥੇ ਮੈਂ ਗਿੱਧੇ ਦੀ ਕੈਪਟਨ ਬਣਨਾ ਸੀ, ਤੇ ਹੁਣ ਤੇ ਮੈਨੂੰ ਲੱਗਦਾ ਮੈਨੂੰ ਪਰਦੇ ਪਿੱਛੇ ਖੜ ਕੇ ਬੋਲੀਆਂ ਪਾਉਣੀਆਂ ਪੈਣੀਆਂ। ਜਨਾਬ, ਇਹ ਤਾਂ ਸਿੱਟਣੀਆਂ ਦੇਈ ਜਾਂਦੀ ਆ, ਬੋਲੀ ਨਾਲ ਜਵਾਬ ਦਿਓ ਟਕਾ ਕੇ। ਅੱਛਾ ਬਾਈ, ਹੋਰ ਦੱਸ ਹੁਣ ਫਿਰ। ਜੀ ਹੁਣ ਬਾਰੀ ਬਾਰੀ ਬਰਸੀ, ਖੱਟਣ ਗਿਆ ਸੀ ਖੱਟ ਕੇ ਲਿਆਂਦੀ ਲੋਈ। ਸੁਣ ਕੇ ਉਹਨੇ ਪੂਰੀ ਨਹੀਂ ਪੂਰੀ ਪੂਰੀ ਹੋ ਬਾਰੀ ਬਾਰੀ ਬਰਸੀ, ਖੱਟਣ ਗਿਆ ਸੀ ਖੱਟ ਕੇ ਲਿਆਂਦੀ ਲੋਈ। ਹੋ ਕੈਪਟਨ ਗਿੱਧੇ ਦੀ ਹੋ ਅੱਜ ਪੜਦੇ ਪਿੱਛੇ ਹੋਈ, ਹੋ ਕੈਪਟਨ ਗਿੱਧੇ ਦੀ ਅੱਜ ਪੜਦੇ ਪਿੱਛੇ ਹੋਈ, ਹੋ ਕੈਪਟਨ ਗਿੱਧੇ ਦੀ। ਮੇਰੀ ਗੱਲ ਸੁਣ ਨਾ ਬਾਂਦਰਾ ਜਿਹਾ, ਕੱਲ ਦੁਪਹਿਰ ਤੱਕ ਨਾ ਇੱਕ ਘਰ ਛੱਡ ਕੇ ਚਲਾ ਜਾਈ ਤੇ ਆਓ ਟਿੱਬਿਆਂ ਦੇ ਉੱਤੇ ਨਾ ਆਪਣੀ ਚੌਂਕੀ ਬਣਾ ਲਈ ਜਾ ਕੇ। ਸਾਨੂੰ ਇਸ ਚੀਜ਼ ਤੇ ਕੋਈ ਇਤਰਾਜ਼ ਨਹੀਂ, ਇਸ ਚੀਜ਼ ਸੰਬੰਧੀ ਤੁਸੀਂ ਪੰਡਿਤ ਨਰਾਤਾ ਰਾਮੀ ਨਾਲ ਗੱਲ ਕਰ ਸਕਦੇ। ਹਾਂ ਤੇ ਕਿੱਥੇ ਨੇ ਮਾਮਾ ਜੀ? ਨਰਾਤਾ ਮਾਮਾ ਤੁਹਾਡਾ ਜੀ ਪਿੰਡ ਕਢਾਣੀ ਖੁਰਦ ਨਗਰ ਖੇੜੇ ਦਾ ਜੱਗ ਕਰਾਉਣ ਗਿਆ ਜੀ। ਐਵੇਂ ਨੀ ਕਮਲ ਮਾਰੀਦਾ ਹੈ, ਤੂੰ ਚੱਲ ਅੰਦਰ ਚੱਲ ਕੇ ਗੱਲ ਸੁਣ ਮੇਰੀ। ਆ ਜਾ ਮੇਰੀ ਧੀ, ਗੱਲ ਤਾਂ ਸੁਣ ਮੇਰੀ ਤੂੰ। ਚਲੋ ਚਲੋ, ਡੰਡ ਬੈਠਕਾਂ ਜਾਰੀ ਰਹਿਣ, ਪੁਲਿਸ ਦੀ ਕਾਰਵਾਈ ਜਾਰੀ ਰਹੇ। ਜੀ ਜਨਾਬ, ਬਾਬੀ ਜੀ ਤੈਂ ਕਤਲ ਕੀਤਾ ਹੁੰਦਾ, ਤੂੰ ਕਿੰਨੇ ਦੀ ਸਪੀਡ 'ਤੇ ਨਿਕਲਦਾ ਵੀ ਆਹ ਗਲੀ 'ਚ ਮੋਟਰਸਾਈਕਲ ਲੈ ਕੇ? ਮੈਂ ਤਾਂ ਜੀ 20-30 ਦੀ ਸਪੀਡ 'ਤੇ ਨਿਕਲਦਾ ਜੀ। ਅਤੇ ਗੇਅਰ? ਗੇਅਰ ਦੂਜਾ ਜਾਂ ਤੀਜਾ ਜੀ? ਉਹ ਦੂਜਾ ਕਿ ਤੀਜਾ? ਦੂਜਾ ਜਨਾਬ। ਠੀਕ ਹੈ ਪੰਡਿਤ ਜੀ। ਜੀ ਚੰਨੇ ਮੋਟਰਸਾਈਕਲ ਖੜ੍ਹੇ ਆ, ਸਪੀਡ ਸਾਰਿਆਂ ਦੀ 20-30, ਗੇਅਰ ਦੂਜਾ, ਇਕੱਲੇ ਇਕੱਲੇ ਕਰਕੇ ਪਿੱਛੇ ਚੱਲੋ। ਠੀਕ ਹੈ ਜਨਾਬ, ਅਸੀਂ ਉੱਥੇ ਜਾਂਦੇ ਹਾਂ। ਚੱਲ ਗੱਲ ਲਾ ਜੀ, ਚਲੋ ਪਿੱਛੇ ਹਟੋ, ਸਾਰੇ ਪਿੱਛੇ ਪਿੱਛੇ ਹਟੋ। ਤੂੰ DC ਲੱਗਿਆ, ਮੈਂ ਤੈਨੂੰ ਵੀ ਕਿਹਾ ਪਿੱਛੇ ਨੂੰ ਹਟ।
ਜਨਾਬ ਮੈਂ ਤਾਂ ਤੁਹਾਡੀ ਮਦਦ ਵਾਸਤੇ ਖੜਾਂ। ਕਈ ਵਾਰ ਪਿੰਡ ਵਾਲੇ ਐਵੇਂ ਝਮਲੌਟ ਕਰਨ ਲੱਗ ਪੈਂਦੇ ਆ, ਐਵੇਂ ਕੋਈ ਤਿੰਨ ਪੰਜ ਕਰੇ, ਮੈਂ ਤਾਂ ਖੜਾਂ। ਨਾ ਤਿੰਨ ਪੰਜ ਰੋਕਣ ਨੂੰ ਪੁਲਿਸ ਮਰ ਗਈ ਆ। ਇਹ ਵੀ ਠੀਕ ਆ, ਪਰ ਇੰਨੇ ਚੋਕਰੀ ਤਾਂ ਹੈਗੀ ਆ ਪੁਲਿਸ। ਤੂੰ ਮੈਥੋਂ ਕਿਤੇ ਆਪਣੀ ਕੁੰਡਲੀ ਨਾ ਪੜਵਾ ਲਈ, ਚੱਲ ਦਫਾ ਉਹ ਪਿੱਛੇ ਨੂੰ। ਓ ਕੁੰਨੇ ਚਲੋ ਪਿੱਛੇ, ਤਫਤੀਸ਼ ਕਰਨ ਦਿਓ। ਓਏ ਇਕੱਠੇ ਮੋਟਰਸਾਈਕਲ ਸਟਾਰਟ ਕਰ ਲਿਓ, ਬਾਤ ਨਹੀਂ ਸਮਝਣੀ ਫਿਰ। ਕਬਲ ਫੱਪੜ ਬਹਿ ਜਾ। ਠੀਕ ਹੈ ਜੀ। ਹਾਂਜੀ ਸਾਹਿਬ, ਬਾਤ ਨੂੰ ਭੇਜੀਏ ਫਿਰ। ਭੇਜ ਦਿਓ। ਇਹਦੇ ਨਾਲ ਦੇ ਆਪਣੇ ਪਿੰਡ ਜਿੰਨੇ ਵੀ ਮੋਟਰਸਾਈਕਲ ਨੇ ਸਾਰੇ ਲਿਆ ਕੇ ਦੁਪਹਿਰ ਤੀ ਉੱਥੇ ਖੜੇ ਕਰੋ। ਠੀਕ ਹੈ ਜੀ। ਅੰਦਰੋ ਬੰਦਾ ਥਾਣੇਦਾਰ ਬਣਦਾ ਕਬਲ ਸਿੰਘ। ਹਾਂਜੀ।